ਕੈਦੀਆਂ ਦੀ ਗੱਡੀ ਸੀ, ਕੁਝ ਹਵਾ ਲਾਤੀ ਸੀ, ਕੁਝ ਗੱਲਬਾਤ ਹੋ ਜਾਂਦੀ। ਫੇਰ ਕਿਹਨੂੰ ਫੜਾ ਰਹੇ ਸੀਗੇ ਤੁਸੀਂ? ਉਹ ਕੋਈ ਮੁੰਡਾ ਸੀਗਾ ਨਾਲ ਦਾ, ਕੋਈ ਕੈਦੀ ਸੀ ਨਾ ਸੀ ਉਹਦਾ? ਤੁਹਾਨੂੰ ਜਾਣਦਾ ਸੀ ਉਹ ਕੈਦੀ ਸੀਗਾ? ਗਲਤ ਮੰਨਿਆ ਜਾਂਦਾ ਹੈ। ਤੁਹਾਨੂੰ ਪਤਾ ਨਾ, ਕੈਦੀਆਂ ਦੀ ਗੱਡੀ ਸੀ, ਕੁਝ ਹਵਾ ਲਾਤੀ ਸੀ, ਕੁਝ ਗੱਲਬਾਤ ਹੋ ਜਾਂਦੀ। ਫੇਰ ਗਲਤੀ ਤਾਂ ਇਹ ਬੜੀ ਵੱਡੀ, ਮਤਲਬ ਕਿ ਆਪਾਂ ਬੱਸ ਜਾ ਰਹੀ ਆ ਉਹਦੇ 'ਚ ਮੁੰਡੇ ਨੂੰ ਜਾ ਰਹੇ ਨੇ, ਤੁਸੀਂ ਉਹਨੂੰ ਕੀ ਫੜਾ ਰਹੇ ਹੋ? ਕੀ ਪਤਾ ਕੀ ਫੜਾਇਆ ਤੂੰ ਤਾਂ ਕਹਿ ਰਹੇ ਨਹੀਂ ਜੀ ਉਹ। ਕੀ ਨਾਮ ਹੈ ਤੁਹਾਡਾ ਜੀ? ਜਰਦੇ ਦੀ ਚੁੰਡੀ ਸੀਗੀ। ਕਿਹਨੂੰ ਫੜਾ ਰਹੇ ਸੀਗੇ ਤੁਸੀਂ? ਉਹ ਕੋਈ ਮੁੰਡਾ ਸੀਗਾ ਨਾਲ ਦਾ, ਕੋਈ ਕੈਦੀ ਸੀ ਨਾ ਸੀ ਉਹਦਾ? ਤੁਹਾਨੂੰ ਜਾਣਦਾ ਸੀ ਉਹ ਕੈਦੀ ਸੀਗਾ? ਹਾਂਜੀ। ਕਿਹੜੀ ਕਿਹੜੀ ਸਜ਼ਾ ਵਿੱਚ ਉਹ? ਮਾਰੀ ਚੌਂਕੀ ਵਾਲੇ ਨੂੰ ਲਿਫਾਫਾ ਜਿਹਾ ਫੜਾ ਰਹੇ ਸੀ ਗੱਡੀ ਦੇ ਵਿੱਚ। ਲੱਗਦਾ ਤੁਹਾਨੂੰ ਕੀ ਪਕੜਿਆ ਸੀ? ਤੁਹਾਡੀ ਨਿਗਾਹ ਗਈ ਸੀ? ਤੁਸੀਂ ਜੇਲ੍ਹ ਚ ਤਲਾਹ ਦੇਤੀ ਹੈ ਵੀ ਗਏ? ਜਿਹੜੀ ਗੱਡੀ ਨੰਬਰ ਗਈ ਵੀ ਤਲਾਸ਼ੀ ਲਿੱਤੀ ਜਾਵੇ ਇਹਨਾਂ ਦੀ? ਕਿਹੜੀ ਜਗ੍ਹਾ ਬੱਸ ਦੇ ਵਿੱਚ ਫੜਾਇਆ ਸੀ ਇਹਨੇ ਜੀ? ਹਰਮਿੰਦਰ ਕੀ ਕਰਨ ਆਇਆ ਸੀ ਕਚਹਿਰੀ ਚ?
ਤਰੀਕ ਤੇ ਆਇਆ ਜੀ ਤੇ ਸਰ ਕੀ ਸਮਾਨ ਫੜਾਇਆ ਤੁਸੀਂ ਜਰਦਾ ਸੀ ਜਰਦਾ ਸੀਗਾ ਜਰਦਾ ਸੀ ਐਨੀ ਸਕਿਉਰਿਟੀ ਦੇ ਵਿੱਚ ਡਰ ਨਹੀਂ ਲੱਗਿਆ ਤੁਹਾਨੂੰ ਤੁਸੀਂ ਕੈਦੀਆਂ ਦੀ ਗੱਡੀ 'ਚ ਸਮਾਨ ਫੜਾ ਰਹੇ ਹੋ ਲਿਫਾਫੇ ਅਸੀਂ ਬਾਹਰੋਂ ਭੱਜ ਗਏ ਸਾਡੇ ਮੁੰਡੇ ਨੇ ਫੜਿਆ ਪਤਾ ਨੀ ਕੀ ਸੀਗਾ ਉਹਦੇ ਕਬੂਲ ਕੀ ਕਰ ਰਿਹਾ ਇਹ ਤਾਂ ਜਰਦਾ ਦੱਸਦਾ ਹੁਣ ਪਤਾ ਨੀ ਚੌਂਕੀ ਵਾਲਿਆਂ ਦਿੰਦੇ ਫਿਰ ਉੱਥੇ ਦੱਸੀ ਲਿਫਾਫੇ ਕੁਛ ਪਤਾ ਨੀ ਕੀ ਹੋਊਗਾ ਲਿਫਾਫਾ ਨਸ਼ਾ ਵਗੈਰਾ ਲੱਗ ਰਿਹਾ ਸੀ ਪਤਾ ਨੀ ਹੁਣ ਇਹਨੂੰ ਪਤਾ ਹੋਊ ਜਾਂ ਚੌਂਕੀ ਵਾਲੇ ਦੱਸਣ ਫੜਿਆ ਕਿਹੜੀ ਜਗ੍ਹਾ ਸਾਰੇ ਇਹਨੂੰ ਬੰਦੇ ਨੂੰ ਆਹ ਡੀਸੀ ਦਫ਼ਤਰ ਸਾਹਮਣੇ ਡੀਸੀ ਦਫ਼ਤਰ ਦੇ ਸਾਹਮਣੇ ਸਰ ਇੰਨੀ ਸਿਕਿਉਰਿਟੀ ਦੇ ਵਿੱਚ ਵੀ ਇਹਦੀ ਇੰਨੀ ਹਿੰਮਤ ਹੈ ਵੀ ਜਿੱਦਾਂ ਵੀ ਫੜਾਤਾ ਲਿਫਾਫਾ ਗੱਡੀ ਜਾ ਰਹੀ ਸੀ ਨਾ ਮੁਲਾਜ਼ਮ ਅੰਦਰ ਬੈਠੇ ਜਲਦੀ ਬੱਸ ਦੇ ਵਿੱਚ ਫੜਾ ਰਹੇ ਤੇ ਸਰ ਕੋਈ ਜੇਲ੍ਹ 'ਚ ਤਲਾਹ ਦੇਤੀ ਵੀ ਫਲਾਣੀ ਬੱਸ ਆ ਰਹੀ ਹੈ ਉਹ ਤਾਂ ਦੱਸ ਰਹੇ ਚੌਂਕੀ ਵਾਲੇ ਦੱਸੋ ਠੀਕ ਹੈ ਤੁਹਾਡੀ ਤਾਂ ਮੰਤਰੀ ਸਾਹਿਬ ਨਾਲ